ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਪੰਜਾਬੀ ਐਕਟਿਵ ਟੀਵੀ। ਮੈਂ ਤੁਹਾਡਾ ਆਪਣਾ ਮਲਕੀਤ ਸਿੰਘ ਬੱਬੂ, ਅਸੀਂ ਪਹੁੰਚਿਆ ਪਿੰਡ ਨਿਹੋਕਾ ਦੇ ਸਰਪੰਚ ਸਾਹਿਬ, ਜੋ ਕਿ ਬੜੀ ਵਧੀਆ ਲੀਡ ਨਾਲ ਜਿੱਤੇ ਆ। ਆਹ ਉਹਨਾਂ ਦੇ ਰੂਪ ਰੂਪ ਹੋਈਏ। ਇਹ ਸਰਪੰਚ ਸਾਹਿਬ, ਮੁਬਾਰਕਾਂ ਜੀ ਤੁਹਾਨੂੰ। ਸਰਪੰਚ ਜੀ ਸਭ ਤੋਂ ਜ਼ਿਆਦਾ ਜੀ, ਔਰ ਮੇਰੇ ਪਿੰਡ ਨਗਰ ਵਾਸੀਆਂ ਨੂੰ, ਪਿੰਡ ਨਿਹੋਕੇ ਦੀ ਸੰਗਤ ਨੂੰ, ਸਾਰਿਆਂ ਨੂੰ ਲੱਖ ਲੱਖ ਵਧਾਈਆਂ ਜੀ। ਇਹ ਸਾਰੀ ਸੰਗਤ ਨੇ ਜਿਹੜਾ ਮੇਰਾ ਸਹਿਯੋਗ ਦਿੱਤਾ ਜੀ। ਮੈਂ ਦਵਿੰਦਰ ਸਿੰਘ ਪਿੰਡ ਨਿਹੋਕੇ ਤੋਂ ਬੋਲਦਾ ਜੀ। ਜਿਹੜੀ ਸੰਗਤ ਨੇ ਸਾਰਿਆਂ ਨੇ ਸਹਿਯੋਗ ਦਿੱਤਾ, ਇਹਨਾਂ ਦਾ ਧੰਨਵਾਦ ਕਰਦਾ ਜੀ। ਹਰ ਆਦਮੀ ਨੇ ਕੀਮਤੀ ਸਮਾਂ ਕੱਢ ਕੇ ਬਹੁਤ ਬਹੁਤ ਇਹਨਾਂ ਦਾ ਧੰਨਵਾਦ, ਜਿਨ੍ਹਾਂ ਨੇ ਸਮਾਂ ਕੱਢਿਆ ਵੋਟਰਾਂ ਦਾ, ਵੋਟਰਾਂ ਨੇ ਮੇਰਿਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਵਾਰਡ ਨੰਬਰ 4 ਤੋਂ ਮੈਂਬਰ ਪੰਚਾਇਤ ਹਾਂ, ਅਤੇ ਸਰਦਾਰ ਦਵਿੰਦਰ ਸਿੰਘ ਜੀ ਦੀ ਇਲੈਕਸ਼ਨ ਦੇ ਵਿੱਚ ਸਾਡੇ ਵੋਟਰਾਂ ਸਪੋਰਟਰਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ, ਮਿਹਨਤ ਕਰਕੇ ਉਹਨਾਂ ਨੇ, ਉਹਨਾਂ ਦੀ ਮਿਹਨਤ ਨੂੰ ਰੰਗ ਲੱਗਾ ਅਤੇ ਵੱਡੀ ਉਮੀਦ ਦੇ ਨਾਲ ਸਰਦਾਰ ਦਵਿੰਦਰ ਸਿੰਘ ਸਰਪੰਚ ਬਣੇ। ਜਿਹੜੇ ਵੀ ਅਸੀਂ ਨਗਰ ਦੇ ਨਾਲ ਵਾਅਦੇ ਕੀਤੇ ਆ, ਕਾਰਜ ਕਰਕੇ ਉਹਨਾਂ ਸਾਰੇ ਵਾਅਦੇ ਨੂੰ ਨੇਪਰੇ ਚਾੜਾਂਗੇ, ਤਾਂ ਨੂੰ ਸੰਗਤ ਇਸੇ ਤਰ੍ਹਾਂ ਪਿਆਰ ਕਰ ਦਿੰਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਮਰਾਮੈਨ ਸੁਖਦੇਵ ਸਿੰਘ ਨਾਲ ਮਲਕੀਤ ਸਿੰਘ ਦੀ ਰਿਪੋਰਟ, ਪੰਜਾਬੀ ਐਕਟਿਵ ਟੀਵੀ, ਅੰਮ੍ਰਿਤਸਰ।